ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸਾਇਦਕਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਹਰਿਆਣਾ ਪੀਜੀਟੀ ਦਾ ਜਿਹੜਾ ਐਕਟ੍ਰੈਕਟ ਦਾ ਐਗਜ਼ਾਮ ਹੋਇਆ ਪੇਪਰ ਬਹੁਤ ਹੀ ਜ਼ਿਆਦਾ ਸੋਖਾ ਸੀਗਾ ਮੈਂ ਪੰਜਾਬੀ ਦੀ ਗੱਲ ਕਰਾਂਗੀ ਕਾਮਨ ਸੈਕਸ਼ਨ ਬਾਰੇ ਮੈਨੂੰ ਨਹੀਂ ਪਤਾ ਮੈਂ ਹਾਲ ਤੱਕ ਨਹੀਂ ਚੈੱਕ ਕੀਤਾ ਤਾਂ ਪੰਜਾਬੀ ਦਾ ਪੇਪਰ ਬਹੁਤ ਹੀ ਸੋਖਾ ਰਿਹਾ ਤੇ ਜਿਹੜੇ ਸਟੂਡੈਂਟਸ ਪੀਜੀਟੀ ਦਾ ਪੇਪਰ ਦੇ ਕੇ ਆਏ ਸੀ ਕਿਉਂਕਿ ਅਸੀਂ ਕਈ ਸਟੂਡੈਂਟ ਹੁੰਦੇ ਨੇ ਜਿਹੜੇ ਦੋ ਦੋ ਪੇਪਰ ਇਕੱਠੇ ਅਪਲਾਈ ਕਰਦੇ ਨੇ ਪੀਜੀਟੀ ਤੇ ਟੀਜੀਟੀ ਤੇ ਉਹਨਾਂ ਬੱਚਿਆਂ ਨੇ ਕੱਲ ਅਨਸਰ ਕੀ ਚੈੱਕ ਕੀਤੀ ਹੈ ਉਹਨਾਂ ਨੂੰ ਬਹੁਤ ਬੈਨੀਫਿਟ ਮਿਲਿਆ ਹੋਣਾ ਕਿਉਂਕਿ 10 ਕੁਐਸ਼ਨਸ ਸੇਮ ਐਜ਼ ਇਟ ਇਜ਼ ਚੱਕੇਗੇ ਔਰ ਦੂਸਰਾ ਜਿੰਨਾ ਬੱਚਾ ਨੇ ਮੇਡੀ ਟੈਸਟ ਸੀਰੀਜ਼ ਲੇਤੀ ਹੋਈ ਸੀ ਉਹਨਾਂ ਨੂੰ ਵੀ ਬਹੁਤ ਬੈਨੀਫਿਟ ਮਿਲਿਆ ਕਿਉਂਕਿ 80% ਕੁਐਸ਼ਨ ਜਿਹੜੇ ਆ ਟੈਸਟ ਸੀਰੀਜ਼ ਵਿੱਚੋਂ ਆਇਆ ਈਵਨ ਕੁਝ ਕੁਐਸ਼ਨਸ ਮੈਂ ਕਮਿਊਨਿਟੀ ਵਿੱਚ ਪਾਉਂਦੀ ਹੁੰਦੀ ਆ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ YouTube ਦੀ ਕਮਿਊਨਿਟੀ ਵਿੱਚ ਤਾਂ ਇੱਕ ਰਫੀਕ ਕੁਐਸ਼ਨ ਐਜ਼ ਇਟ ਇਜ਼ ਜੋ ਕਮਿਊਨਿਟੀ ਵਿੱਚ ਪਾਇਆ ਹੋਇਆ ਤੁਸੀਂ ਚੈੱਕ ਕਰਿਓ ਐਜ਼ ਇਟ ਇਜ਼ ਕੁਐਸ਼ਨ ਔਰੇ ਵਿੱਚੋਂ ਦੀ ਜਿਹੜਾ ਸੇਮ ਕੁਐਸ਼ਨ ਹੈ ਉਹ ਆਇਆ ਹੋਇਆ ਹੈ ਤਾਂ ਕਾਫੀ ਕੁਸ਼ਨ ਜਿਹੜੇ ਨੇ ਟੱਚ ਵੁੱਡ ਕਰਵਾਇਆ ਹੋਇਆ ਵਿੱਚ ਸਟੂਡੈਂਟ ਨੂੰ ਆਏ ਹੋਏ ਨੇ ਤਾਂ ਚਲੋ ਅੱਜ ਅਨਸਰ ਕੀ ਕਰਨ ਲੱਗਿਆਂ ਆਪਨੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਇੱਕ achhi answer ਕਰੀ ਤੁਹਾਡੇ ਅੰਗੇ ਲੈ ਆਈਏ ਠੀਕ ਹੈ ਜੀ ਤੇ ਹਾਂਜੀ ਸਟਾਰਟ ਕਰਦੇ ਹਾਂ ਪਹਿਲਾ ਕੁਸ਼ਨ ਜਿਹੜਾ ਸੀਗਾ ਉਹ ਸੀਗਾ ਆਂਧਰਾ ਪ੍ਰਦੇਸ਼ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਇਸ ਦਾ ਅਨਸਰ ਆਏਗਾ ਤੇਲੰਗੂ ਦੂਸਰਾ ਕੁਸ਼ਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੁਪਤਨੀ ਅਤੇ ਪੁੱਤਰਾਂ ਦੇ ਕੀ ਨਾਂ ਸੀ ਇਸ ਦਾ ਅਨਸਰ ਨੰਬਰ 1 ਤੇ ਆਏਗਾ ਪਤਨੀ ਦਾ ਨਾਮ ਸੁਲੱਖਣੀ ਜੀ ਪੁੱਤਰਾਂ ਦੇ ਨਾਮ ਬਾਬਾ ਸ਼੍ਰੀਚੰਦ ਜੀ ਅਤੇ ਬਾਬਾ ਲਖਮੀ ਚੰਦ ਜੀ ਪ੍ਰਸ਼ਨ ਨੰਬਰ 93 ਸੇਮ ਕੁਸ਼ਨ ਕੱਲ ਦੇ ਪੇਪਰ ਵਿੱਚ ਸੀ ਪੀਜੀਟੀ ਦੇ ਸੇਮ ਐਜ਼ ਇਟ ਇਜ਼ ਆਪਸ਼ਨ ਦਾ ਵੀ ਫਰਕ ਨਹੀਂ ਹੈ ਜਰਗ ਦੇ ਮੇਲੇ ਬਾਰੇ ਕਿਹੜਾ ਕਥਨ ਠੀਕ ਨਹੀਂ ਹੈ ਕਿਉਂਕਿ ਕੱਲ ਵੀ ਮੈਂ ਕਲਾਸ ਜਿਹੜੀ ਅਨਸਰ ਕਿ ਦਿੱਤੀ ਸੀ ਮੈਂ ਕਿਹਾ ਹਰਿਆਣਾ ਵਾਲੇ ਨਾ ਨਹੀਂ ਤੇ ਜ਼ਿਆਦਾ ਖੜਦੇ ਨੇ ਅਕ ਟਿਪਸ ਜਿਹੜੇ ਕੋਈ ਕੋਈ ਦਿੰਦਾ ਹੈ ਨਹੀਂ ਵਾਲੇ ਕੁਐਸ਼ਨਸ ਜਿਹੜੇ ਨਾ ਉਹ ਜ਼ਿਆਦਾਤ ਪਾਉਂਦੇ ਨੇ ਕਿ ਬੰਦਾ ਜਿਹੜਾ ਹੈ ਘਬਰਾ ਜਾਂਦਾ ਹੈ ਉਹ ਦੂਜੇ ਤਰੀਕੇ ਨਾਲ ਦੇਖਣ ਲੱਪ ਜਾਂਦਾ ਤਾਂ ਇਹਦੇ ਵਿੱਚ ਜਿਹੜਾ ਆਨਸਰ ਆਏਗਾ ਉਹ ਹੈ ਇਹ ਭਾਦਰੋ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਲੱਗਦਾ ਕਿਉਂਕਿ ਜਿਹੜਾ ਜਰਗ ਦਾ ਮੇਲਾ ਹੈ ਭਾਦਰੋ ਦੇ ਮਹੀਨੇ ਨਹੀਂ ਚੇਤ ਦੇ ਮਹੀਨੇ ਲੱਗਦਾ ਜਿਹੜੇ ਮੇਰੇ ਸਟੂਡੈਂਟ ਹੈ ਹਰਿਆਣਾ ਵਾਲੇ ਉਹਨਾਂ ਕੋ ਤਾਂ ਪੂਰਾ ਚਾਰਟ ਅਵੇਲੇਬਲ ਹੈ ਕਿਹੜਾ ਮੇਲਾ ਕਿਹੜਾ ਮੇਲਾ ਕਿਹੜੇ ਮਹੀਨੇ ਔਰ ਕਿਹੜੀ ਜਿਹੜਾ ਦੇਸੀ ਤਰੀਕ ਹੈ ਕਦੋਂ ਲੱਗਦਾ ਠੀਕ ਹੈ ਜੀ ਅਗਲਾ ਕੁਸ਼ਣ ਆਜੋ 94 94 ਪੰਜਾਬੀ ਸ਼ਬਦ ਬੋਧ ਅਨੁਸਾਰ ਸ਼ਬਦ ਕਿੰਨੀ ਕਿਸਮ ਦੇ ਹੁੰਦੇ ਹਨ ਤਾਂ ਇਸ ਦਾ ਅਨਸਰ ਆਏਗਾ 8 8 ਤਰ੍ਹਾਂ ਦੇ ਹੁੰਦੇ ਨੇ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਯੋਜਕ ਠੀਕ ਹੈ ਵਿਸਮਿਕੇ ਸਾਰੇ ਹੋਰੇ ਵਿੱਚ ਆ ਜਾਂਦੇ ਨੇ 95 ਕਾਵ ਰੂਪ ਵਾਲੇ ਅਖਾਂਨ ਦੀ ਚੋਣ ਕਰੋ ਹੁਣ ਇੱਥੇ ਦੇਖੋ ਚਾਰੋਂ ਅਖਾਂਨ ਨੇ ਪਰ ਕਵਿਤਾ ਰੂਪ ਵਿੱਚ ਕਿਹੜਾ ਖਾਂ ਦਿੱਤਾ ਗਿਆ ਬਹੁਤ ਸੋਖਾ ਕੁਐਸਚਨ ਸੀ ਕੁਐਸਚਨ ਦਾ ਇੱਕ ਲੈਵਲ ਜ਼ਰੂਰ ਪੇਪਰ ਸੈੱਟ ਕਰਨ ਵਾਲੇ ਨੇ ਬਣਾਇਆ ਔਰ ਇਹ ਚੀਜ਼ ਅੱਛੀ ਲੱਗੀ ਐ ਐਟਲੀਸਟ ਸਾਡੇ ਪੰਜਾਬ ਨਾਲੋਂ ਤਾਂ ਨਾ ਹਰਿਆਣਾ ਵਾਲਿਆਂ ਨੇ ਪੰਜਾਬੀ ਦੇ ਪੇਪਰ ਜਿਹੜੇ ਆ ਵਧੀਆ ਪਾਏ ਹੋਏ ਨੇ ਕੋਈ ਇੰਨੀ ਮਿਸਟੇਕਸ ਨਹੀਂ ਹੈਗੀਆਂ ਤਾਂ ਇਸ ਦਾ ਆਨਸਰ ਹੈ ਆਪਣਾ ਨਿੱਗਰ ਪਰਾਇਆ ਡਿਗਰ ਅਗਲਾ 96 ਕੁਐਸਚਨ ਊੜਾ ਐੜਾ ਤੇ ਈੜੀ ਨਾਲ ਲੱਗਣ ਵਾਲੀਆਂ ਮਾਤਰਾਵਾਂ ਕਿੰਨੀਆਂ ਹਨ ਇਸ ਦਾ ਆਨਸਰ ਆਏਗਾ 10 ਲਗਾਖਰ ਲਗਾਖਰ ਬਾਰੇ ਕਿੜਾ ਖਰਤਨ ਠੀਕ ਨਹੀਂ ਹੈ ਉਹਨ ਇੱਥੇ ਦੇਖਿਓ ਠੀਕ ਨਹੀਂ ਹੈ ਤਾਂ ਆਇਆ ਤਾਂ ਇਸ ਦਾ ਅਨਸਰ ਹੈ ਇੱਕ ਅੱਖਰਾਂ ਦੇ ਪੈਰ ਵਿੱਚ ਪੈਣ ਵਾਲੇ ਲਿਪੀ ਜਿਨ੍ਹਾਂ ਨੂੰ ਲਗਾਖ ਰੱਖਿਆ ਜਾਂਦਾ ਕਿਉਂਕਿ ਲਗਾਖਰ ਕੀ ਨੇ ਲਗਾ ਦੇ ਨਾਲ ਲੱਗਣ ਵਾਲੇ ਸੇਮ ਕੁਐਸਚਨ ਰਿਪੀਟ ਹੈ ਕੱਲ ਪੀਜੀਟੀ ਵਿੱਚੋਂ ਹਾਂਜੀ ਉਸ ਸਭ ਆਯੋਜਕ ਤੋਂ ਕੀ ਪਾਵੇ ਇਹ ਵੀ ਕੁਐਸਚਨ ਰਿਪੀਟ ਹੈ ਤਾਂ ਇਸ ਦਾ ਅਨਸਰ ਆਏਗਾ ਉਹ ਸ਼ਬਦ ਜੋ ਦੋ ਸ਼ਬਦਾ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਸੌਰੀ 98 ਮੈਂ 108 ਬੋਲੀ ਜਾਂਦੀ ਹਾਂ 98 ਕੁਐਸਚਨ ਇਸ ਦਾ ਆਨਸਰ ਆਏਗਾ ਨੰਬਰ 2 ਉਹ ਸ਼ਬਦ ਜੋ ਦੋ ਸ਼ਬਦਾ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਇਹ ਵੀ ਕੱਲ ਦੇ ਪੇਪਰ ਦਾ ਰਿਪੀਟ ਕੁਐਸਚਨ ਹੈ ਕੱਲ ਜਦੋਂ ਇਹ ਕੁਐਸਚਨ ਕਰਾਇਆ ਸੀ ਮੈਂ ਕਲੀਅਰਲੀ ਸਟੂਡੈਂਟ ਨੂੰ ਦੱਸਿਆ ਸੀ ਕਿ ਯੋਜਕ ਲਈ ਸਿੰਪਲ ਕਨਸੈਪਟ ਆਪਣੇ ਮਾਈਂਡ ਵਿੱਚ ਰੱਖੋ ਦੋ ਸ਼ਬਦਾਂ ਨੂੰ ਜੋੜਿਆ ਦੋ ਵਾਕਾਂ ਨੂੰ ਜੋੜਿਆ ਦੋ ਵਾਕਾਂਸ਼ਾਂ ਨੂੰ ਜੋੜ ਰਿਹਾ ਉਹ ਕੀ ਹੈ ਯੋਜਕ ਹੈ ਅਗਲਾ ਕੁਐਸਚਨ 99 ਪਹਿਲਾ ਕਦਮ ਵਿੱਚ ਦਰਜਬਾਲ ਲੋਕਗੀਤ ਸੁੰਦਰਮੁੰਦਰੀਏ ਵਿੱਚ ਸੁੰਦਰਮੁੰਦਰੀਏ ਦਾ ਕੀ ਅਰਥ ਹੈ ਇਹ ਦੋ ਕੁੜੀਆਂ ਦੇ ਨਾਮ ਹੈ ਤਾਂ ਸੋ ਇਹਦਾ ਆਨਸਰ ਆਏਗਾ ਨੰਬਰ 2 ਅਕਬਰ ਅਤੇ ਦੁੱਲੇ ਦੇ ਸਮੇਂ ਹੋਈਆਂ ਦੋ ਕੁੜੀਆਂ ਦੇ ਨਾਮ ਅਗਲਾ ਕੁਐਸਚਨ ਉਹ ਕਿਹੜਾ ਮੁੱਦਾ ਜਾਂ ਵਿਸ਼ਾ ਜੋ ਰਾਜਿਆ ਰਾਜ ਕਰੇਂਦਿਆਂ ਵਿੱਚ ਪੇਸ਼ ਨਹੀਂ ਹੋਇਆ ਇਹ ਕੁਐਸਚਨ ਮੇਰੀ ਟੈਸਟ ਸੀਰੀਜ਼ ਵਿੱਚੋਂ ਆਇਆ ਹੋਇਆ ਹੈ ਤੋਤਾ ਅਤੇ ਮੈਨਾ ਦਾ ਆਪਸੀ ਪਿਆਰ ਕਿਉਂਕਿ ਇਸ ਵਿੱਚ ਇਸ ਦਾ ਨਾ ਇੱਕ ਕੁਐਸਚਨ ਜਿਹੜਾ ਬਹੁਤ ਫੇਮਸ ਹੈ ਔਰ ਰਿਪੀਟ ਹੁੰਦਾ ਸੀ ਉਸ ਨੇ ਇਸ ਵਾਰ ਕੁਐਸਚਨ ਨੂੰ ਨਵਾਂ ਰੂਪ ਦਿੱਤਾ ਕਿ ਤੋਤਾ ਤੇ ਮੈਨਾ ਨੂੰ ਕਿਸ ਰੂਪ ਨਾਲ ਪੇਸ਼ ਕੀਤਾ ਹੈ ਮਾਨਵਿਕਰਨ ਠੀਕ ਹੈ ਉਹਨਾਂ ਦਾ ਮਾਨਵਿਕਰਨ ਕੀਤਾ ਗਿਆ ਹਾਂਜੀ ਅਗਲਾ ਕੁਐਸਚਨ 101 ਇੱਕ ਪ੍ਰਤਿਭਾਸ਼ਾਲੀ ਅਧਿਆਪਕ ਲਈ ਵਾਰਤਕ ਸਿੱਖਿਆ ਦੀ ਪ੍ਰਕਿਰਿਆ ਦੀ ਚੰਗੀ ਸ਼ੁਰੂਆਤ ਲਈ ਕਿਹੜਾ ਪੱਖ ਲਾਜ਼ਮੀ ਹੈ ਤਾਂ ਇਸ ਦਾ ਅਨਸਰ ਆਏਗਾ ਵਿਦਿਆਰਥੀਆਂ ਦੇ ਪੂਰਵ ਗਿਆਨ ਨਾਲ ਸਾਂਝ ਕਿ ਉਹਨਾਂ ਦਾ ਜਿਹੜਾ ਪੂਰਵ ਗਿਆਨ ਹੈ ਉਸ ਦੀ ਜੋ ਸਾਂਝ ਹੈ ਪੂਰਵ ਗਿਆਨ ਦੀ ਜਿਹੜੀ ਅਸੀਂ ਪਹਿਲੇ ਰੀਕੈਪਿਉਲੇਸ਼ਨ ਕਰਦੇ ਹਾਂ ਨਾ ਕਿ ਬੱਚਿਆਂ ਨੂੰ ਪਹਿਲਾਂ ਕੀ ਆਉਂਦਾ ਉਹਨਾਂ ਕੋਲ ਕੁਐਸਚਨ ਪੁੱਛ ਕੇ ਇੱਕ ਟਾਪਿਕ ਤੇ ਲੈ ਕੇ ਆਉਂਦੇ ਆ ਤੁਸੀਂ ਆਪਣੀ ਟੀਪੀ ਟੀਚਿੰਗ ਪ੍ਰੈਕਟਿਸ ਵਿੱਚ ਇਹ ਚੀਜ਼ ਕਾਫੀ ਕੀਤੀ ਹੋਈਗੀ ਅਸੀਂ ਟੀਪੀ ਕਹਿੰਦੇ ਹੁੰਦੇ ਸੀ ਠੀਕ ਹੈ ਔਰ ਇਹ ਵਿੱਚ ਏ ਔਰ ਇਹ ਨਾਲ ਅਧਾਰਿਤ ਜਿਹੜਾ ਹੈਗਾ ਸੀ ਜਦੋਂ ਤੁਸੀਂ ਮੇਰੇ ਖਿਆਲ ਲੈਸਨ ਵੀ ਅਸੀਂ ਲਿਖਦੇ ਹੁੰਦੇ ਸੀ ਤਾਂ ਟੀਪੀ ਦੇ ਕੁਐਸਚਨ ਪਹਿਲੇ ਲਿਖਦੇ ਸੀ ਜਾਂ ਪੂਰਵ ਗਿਆਨ ਕੁਐਸਚਨ ਏਓ ਆਏਗਾ 102 ਸਵਾਮੀ ਵਿਵੇਕਾਨੰਦ ਨੇ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਇਸ ਮਿਸ਼ਨ ਦਾ ਕੀ ਉਦੇਸ਼ ਸੀ ਤਾਂ ਅਨਸਰ ਆਏਗਾ ਸਥਾਪਨਾ ਮਈ 1897 ਈਸਵੀ ਵਿੱਚ ਉਦੇਸ਼ ਮਨੁੱਖ ਦੀ ਸਰੀਰਿਕ ਮਾਨਸਿਕ ਅਤੇ ਸੌਰੀ ਆਤਮਿਕ ਉਨਤੀ ਅਗਲਾ 103 ਪ੍ਰਸ਼ਨ ਨੰਬਰ ਸਰੀਰਿਕ ਸ਼ਰੀਰ ਤਿਆਗਨ ਸਮੇਂ ਬਾਬਾ ਫਰੀਦ ਜੀ ਕਿੰਨੇ ਵਰਿਆਂ ਦੇ ਸਨ 93 ਵਰਿਆਂ ਦੇ ਬਹੁਤ ਈਜ਼ੀ ਬਿੰਦੀ ਲਗਾ ਕਰਕੇ ਕਿੰਨੀਆਂ ਮਾਤਰਾਵਾਂ ਨਾਲ ਲੱਗਦੀਆਂ ਹਨ 6 ਅਗਲਾ 105 ਕੁਐਸਚਨ ਬਾਲ ਕਹਾਣੀ ਮਿੱਤਰ ਦੀ ਪਰਖ ਵਿਚਲੇ ਪਾਤਰ ਮੋਲੂ ਨੇ ਰਿੱਚਾ ਬਾਰੇ ਕੀ ਜਾਣਿਆ ਹੈ ਅੱਛਾ ਜਿਹੜਾ ਇਹ ਕੁਐਸਚਨ ਹੈ ਨਾ ਅ ਬਿੰਦੀ ਲਗਾ ਖਰ ਕਿੰਨੀਆਂ ਮਾਤਰਾਵਾਂ ਨਾਲ ਲੱਗਦੀ ਹੈ ਇਹ ਵੀ ਕੱਲ ਦਾ ਕੱਲ ਦੇ ਪੇਪਰ ਦਾ ਰਿਪੀਟ ਕੁਐਸਚਨ ਦੇਖੀ ਜਾਈਓ ਕਿੰਨੇ ਕੁਐਸਚਨ ਰਿਪੀਟ ਨੇ ਜਿਨ੍ਹਾਂ ਨੇ ਪੀਜੀਟੀ ਦੀ ਜਿਨ੍ਹਾਂ ਬੱਚਿਆਂ ਨੇ ਪੀਜੀ ਤਾਂ ਪੀਜੀਟੀ ਦਾ ਪੇਪਰ ਨਹੀਂ ਦਿੱਤਾ ਪਰ ਸਿਰਫ ਮੇਰੀ ਅਨਸਰ ਕੀ ਜ਼ਰੂਰ ਚੈੱਕ ਕੀਤੀ ਆ ਉਹਨਾਂ ਲਈ ਬੈਨੀਫੀਸ਼ੀਅਲ ਰਹਿਣ ਵਾਲਾ ਹੈ ਹਾਂਜੀ ਬਾਲ ਕਹਾਣੀ ਮਿੱਤਰ ਦੀ ਪਰਖ ਵਿਚਲੇ ਪਾਤਰ ਮੋਲੂ ਨੇ ਰਿੱਚਾ ਬਾਰੇ ਕੀ ਸੁਣਿਆ ਔਰੇ ਵੀ ਜੇ ਸੁਣਿਆ ਸੀ ਕਿ ਉਹ ਮੁਰਦੇ ਨੂੰ ਨਹੀਂ ਖਾਂਦੇ ਤਾਂ ਸੋ ਇਜ਼ ਦਾ ਆਨਸਰ ਜਿਹੜਾ ਹੈ ਨੰਬਰ 3 ਜਿਹੜਾ ਹੈ ਉਹ ਸਹੀ ਹੋਏਗਾ 106 ਇਹਨਾਂ ਵਿੱਚੋਂ ਕਿਹੜੀ ਰਚਨਾ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਹੀਂ ਹੈ ਗੌੜੀ ਬੇਰਾਗਨੀ ਕਿਉਂਕਿ ਗੌੜੀ ਬੇਰਾਗਨੀ ਗੁਰੂ ਅਮਰਦਾਸ ਜੀ ਦੀ ਰਚਨਾ 107 ਨਾਨੀ ਦਾ ਪਿਆਰ ਕਹਾਣੀ ਦਾ ਲੇਖਕ ਲੇਖਿਕਾ ਕੌਣ ਹੈ ਇਸ ਦਾ ਮੁੱਖ ਵਿਸ਼ਾ ਕੀ ਹੈ ਇਹ ਸ਼ੋਕ ਵਿਸ਼ਿਸ਼ਟ ਦੀ ਕਹਾਣੀਆਂ 1947 ਤੋਂ ਪਹਿਲਾਂ ਦੇ ਪੰਜਾਬੀਆਂ ਦੀ ਪੁਰਾਣੀ ਪਾਈਚਾਰਕ ਸਾਜ ਜਿਹੜੀ ਭਾਈਚਾਰਕ ਸਾਂਝ ਸੀ ਉਹ ਸਾਡੀ ਚੁੱਲ੍ਹੇ ਦੀ ਸਾਂਝ ਅਸੀਂ ਕਹਿੰਦੇ ਹੁੰਦੇ ਸੀ ਔਰ ਕਿਹਾ ਜਾਂਦਾ ਸੀ ਕਿ ਸਾਂਝਾ ਚੂਲਾ ਜਿਹੜਾ ਏ ਉਹ ਟੁੱਟ ਗਿਆ ਅੱਗੋ ਕੁਐਸਚਨ ਹੈ 108 ਇਹਦੇ ਵਿੱਚ ਮੈਨੂੰ ਥੋੜਾ ਡਾਊਟ ਹੈ ਮਤਲਬ ਕਿ ਮੈਂ ਤੁਹਾਨੂੰ ਕੁਐਸਚਨ ਦਾ ਆਨਸਰ ਦੱਸ ਸਕਦੀਆਂ ਬਟ ਮੈਂ ਕਰੈਕਟ ਨਹੀਂ ਕਹਾਂਗੀ ਕਿ 100% ਇਹ ਕਰੈਕਟ ਰਹੇਗਾ ਫਰੁਖ ਨਗਰ रियासत ਦੇ ਨਵਾਬ ਦਾ ਕੀ ਨਾਂ ਸੀ ਤਾਂ ਇਸ ਦਾ ਆਨਸਰ ਆਏਗਾ ਅਹਿਮਦ ਅਲੀ ਨੰਬਰ 2 ਇਸ ਦਾ ਆਨਸਰ ਹੈ ਅਹਿਮਦ ਅਲੀ ਅਗਲਾ ਕੁਐਸਚਨ 109 ਉਹ ਵਿਕਲਪ ਕਿਹੜਾ ਹੈ ਜਿਸ ਦੇ ਸਾਰੇ ਦੇ ਸਾਰੇ ਸ਼ਬਦ ਸ਼ੁੱਧ ਹਨ ਕੁਸ਼ਣ ਨੰਬਰ 109 ਇਸ ਦਾ ਦੋ ਅਨਸਰ ਆਏਗਾ ਪ੍ਰੇਮ ਕੁੱਤਾ ਚੂਲਾ ਵਿਆਹ ਇਹ ਸੀ ਸਪੈਲਿੰਗਸ ਤੋਂ ਚੈੱਕ ਕਰਨਾ ਸੀ ਕਿ ਕਿਹੜੇ ਸਹੀ ਸਨ 110 ਹੌਂਸਲੇ ਤੋਂ ਕੰਮ ਲਈਏ ਗੀਤ ਚਤਰ ਸਿੰਘ ਬੀਰ ਦੀ ਕਿਹੜੀ ਕਾ ਪੁਸਤਕ ਵਿੱਚੋਂ ਲਿਆ ਗਿਆ ਇਸ ਦਾ ਅਨਸਰ ਆਏਗਾ ਸਿਫਤ ਸਲਾਮ 110 ਅਨਸਰ 3 ਸਿਫਤ ਸਲਾਮ हां जी अगो क्वेश्चन नंबर 111 डॉक्टर अब्दुल कलाम साहब ने अपनी पेशेवर जीवन दी शुरुआत कदो और किस संस्था तो की थी अच्छा हुन क्वेश्चन रिपीट ਨਹੀਂ ਹੈ पर कल डॉक्टर अब्दुल कलाम जी ਦਾ ਜਿਹੜਾ ਕੁਐਸਚਨ ਸੀ ਉਹ ਫਿਲਮ ਦੇ ਨਾਲ ਸੰਬੰਧਿਤ ਸੀ ਅੱਜ ਉਹਨਾਂ ਦੇ ਜਿਹੜਾ ਪ੍ਰੋਫੈਸ਼ਨਲ ਕੈਰੀਅਰ ਦੇ ਨਾਲ ਸੰਬੰਧਿਤ ਹੈ ਤਾਂ ਇਸ ਦਾ ਜਿਹੜਾ ਆਨਸਰ ਆਏਗਾ ਨੰਬਰ 4 1955 ईसवी ਵਿੱਚ ਮਦਰਾਸ ਦੇ ਪੁਲਾੜ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ ਨੈਕਸਟ ਕੁਐਸਚਨ ਅ नेक्स्ट ਕੁਐਸਚਨ ਤੋਂ ਪਹਿਲੇ ਮੈਂ ਇੱਕ ਗੱਲ ਕਹਾਂਗੀ ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਆਂਸਰ ਕੀ ਤੁਹਾਨੂੰ ਬੈਨੀਫੀਸ਼ੀਅਲ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਔਰ ਸੈਕਿੰਡ ਮੇਰੀ ਐਪ ਚੱਲ ਰਹੀ ਹੈ ਪੰਜਾਬੀ ਸਾਹਿਤ ਕਰ ਰਿਆ ਉਸ ਦਾ ਜਿਹੜਾ ਲਿੰਕ ਹੈ ਮੈਂ ਕਮੈਂਟ ਵਿੱਚ ਪਾ ਦਾਂਗੀ ਤੁਹਾਨੂੰ ਤੁਸੀਂ ਉਹ ਐਪ ਨੂੰ ਪਲੀਜ਼ ਡਾਊਨਲੋਡ ਜ਼ਰੂਰ ਕਰ ਲਿਓ ਠੀਕ ਹੈ ਜੀ ਮੈਂ ਇਨਾ ਕੁਝ ਕਹਿਣਾ ਚਾਹਾਂਗੀ ਇਹ ਹੀ ਦੋ ਚੀਜ਼ਾਂ ਐ ਇਹ ਦੋ ਚੀਜ਼ਾਂ ਮੇਰੀਆਂ ਜ਼ਰੂਰ ਕਰ ਦਿਓ ਐਪ ਡਾਊਨਲੋਡ ਕਰ ਲਿਓ ਜਿਹੜਾ ਕਮੈਂਟ ਐ ਕਮੈਂਟ ਵਿੱਚ ਮੈਂ ਹੋਰ ਜਿਹੜਾ ਐਪ ਦਾ ਲਿੰਕ ਐ ਉਹ ਸ਼ੇਅਰ ਕਰਾਂਗੀ ਪੰਜਾਬੀ ਸਾਹਿਤ ਦਾ ਐਪ ਐ ਵੈਸੇ ਦੱਸ ਦਿੰਨੀ ਆ ਪਲੇ ਸਟੋਰ ਤੋਂ ਬਲੂ ਲੋਗੋ ਬਲੂ ਲੋਗੋ ਤੁਸੀਂ ਯਾਦ ਰੱਖਣਾ ਠੀਕ ਐ ਬਲੂ ਲੋਗੋ ਵਾਲੀ ਜਿਹੜੀ ਐਪ ਐ ਉਹ ਡਾਊਨਲੋਡ ਕਰਨੀ ਐ ਜੇ ਤੁਸੀਂ ਮੇਰੀ ਐਪ ਡਾਊਨਲੋਡ ਕਰਨੀ ਐ ਬਾਕੀ ਬਹੁਤ ਜਾਣੇ ਬੈਠੇ ਐ ਹੁਣ ਕੀ ਕਹਿ ਸਕਦੇ ਆ ਜੋ ਹੋ ਗਿਆ ਚਲੋ ਭਾਰਤ ਦੇ ਕਿਸ ਪ੍ਰਧਾਨ ਮੰਤਰੀ ਨੇ ਨਾਨਕ ਸਿੰਘ ਦੀ ਜਨਮ ਸ਼ਤਾਬਦੀ ਤੇ ਡਾਕ ਟਿਕਟ ਜਾਰੀ ਕੀਤਾ ਇਹ ਜਿੰਨਾ ਬੱਚਿਆਂ ਨੇ ਨਾਨਕ ਸਿੰਘ ਜੀ ਦੀ ਜੀਵਨੀ ਚੰਗੀ ਤਰ੍ਹਾਂ ਪੜ੍ਹੀ ਹੋਏਗੀ ਉਹਨਾਂ ਨੂੰ ਇਸ ਦਾ ਆਨਸਰ ਦੇਣਾ ਔਖਾ ਨਹੀਂ ਲੱਗਿਆ ਹੋਏਗਾ ਇਸ ਦਾ ਆਨਸਰ ਨੰਬਰ 1 ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਨੇ ਅਗਲਾ ਕੁਐਸਚਨ ਨੰਬਰ 113 ਮਿਡਲ ਪੱਧਰ ਉਤੇ ਮਾਰ ਪਾਸ਼ਾ ਦੇ ਅਧਿਆਪਕ ਲਈ ਵਿਆਕਰਨ ਸਿੱਖਿਆ ਦੀ ਸਭ ਤੋਂ ਉੱਤਮ ਵਿਧੀ ਕਿਹੜੀ ਹੈ ਆਗਮਨ ਵਿਧੀ ਸਾਦੂ ਸਿੰਘ ਆਰਚਲ ਮੁਤਾਬਿਕ ਪ੍ਰਾਚੀਨ ਕਾਲ ਵਿੱਚ ਕ੍ਰਾਂਟੇਆ ਦਾ ਆਰਮ ਦੁਨੀਆ ਦੇ ਕਿਸ ਖਿੱਤੇ ਵਿੱਚ ਹੋਇਆ ਭਾਰਤ ਵਿੱਚ ਕਿਉਂਕਿ ਬਹੁਤ سارے ਸਟੂਡੈਂਟ ਚੀਨ ਜਾਪਾਨ ਲਗਾ ਕੇ ਆਏ ਹੋਣਗੇ ਪਰ ਇਸ ਦਾ ਅਨਸਰ ਭਾਰਤ ਹੈ ਪੰਜਾਬੀ ਤੋਂ ਇਲਾਵਾ ਫਿਰੋਜ਼ੀਨ ਸਰਫ ਹੋਰ ਕਿਹੜੀਆਂ ਭਾਸ਼ਾਵਾਂ ਦਾ ਜਾਣਕਰ ਸੀ ਉਰਦੂ ਹਿੰਦੀ ਅਤੇ ਅੰਗਰੇਜ਼ੀ ਇਹ ਵੀ ਕੁਸ਼ਨ ਮੇਰੀ ਕਮਿਊਨਿਟੀ ਵਿੱਚ ਪਿਆ ਹੋਇਆ ਐਜ਼ ਇਟ ਇਜ਼ ਨੈਕਸਟ 6 ਤੋਂ 16 ਨੰਬਰ ਕੁਸ਼ਨ ਭਾਸ਼ਾ ਵਿਆਕਰਨ ਦੀ ਜਗਤ ਪ੍ਰਸਿੱਧ ਕਿਤਾਬ ਅਸ਼ਟਾ ਤੇ ਆਏ ਦਾ ਕਰਤਾ ਕੌਣ ਸੀ ਅਸੇ ਇਸ ਦੀ ਰਚਨਾ ਕਿੱਥੇ ਹੋਈ ਰੀਪੀਟ ਕੁਐਸ਼ਨ ਕੱਲ ਦੇ ਪੇਪਰ ਦਾ ਪੀਜੀਟੀ ਦਾ ਰੀਪੀਟ ਕੁਐਸ਼ਨ ਹੈ ਰਚਨਾਕਾਰ ਪਾਨਿਨੀ ਰਚਨਾ ਪੰਜਾਬ ਵਿੱਚ ਹੋਈ 117 ਕੁਐਸ਼ਨ ਵਿਦਵਾਨਾਂ ਦਾ ਵਿਆਕਰਨ ਨੂੰ ਕਿੰਨੇ ਭਾਗਾ ਵਿੱਚ ਵੰਡਿਆ ਗਿਆ ਚਾਰ ਬੜਿਆ ਨੇ ਤਿੰਨ ਲਗਾਇਆ ਹੋਏਗਾ ਪਰ ਹੁਣ ਅੱਜ ਦੇ ਸਮੇਂ 'ਚ ਜਿਹੜਾ ਆਨਸਰ ਚੱਲ ਰਿਹਾ ਚਾਰ ਚੱਲ ਰਿਹਾ ਬਾਕੀ ਅਸੀਂ ਤੁਹਾਨੂੰ ਮੈਂ ਕਿਹਾ 10th ਦੀ ਜਿਹੜੀ ਗ੍ਰਾਮਰ ਦੀ ਬੁੱਕ ਆ ਉਹਨੂੰ ਫਾਲੋ ਕਰੋ ਕਿਉਂਕਿ ਜੇ ਓਬਜੈਕਸ਼ਨ ਵੀ ਪਾਉਣੀ ਹੈ ਤਾਂ ਤੁਹਾਡੇ ਕੋਈ ਇੱਕ ਵਧੀਆ ਜਿਹਨੂੰ ਕਹਿੰਦੇ ਨਾ ਪ੍ਰੂਫ ਹੈਗਾ ਓਬਜੈਕਸ਼ਨ ਪਾਣ ਲਈ ਅਗਲਾ ਗੁਰਮੁਖੀ ਵਿੱਚ ਵਰਤੇ ਜਾਂਦੇ ਲਗਾਖਰ ਦੀ ਕੁੱਲ ਗਿਣਤੀ ਕਿੰਨੀ ਹੈ ਤਿੰਨ ਨੈਕਸਟ 119 ਨੰਬਰ ਕੁਐਸਚਨ ਸਿਰੋ ਫੜਨਾ ਮੁਹਾਵਰੇ ਦਾ ਕੀ ਅਰਥ ਹੈ ਮੌਕੇ ਤੇ ਫੜਨਾ ਸੰਪੂਰਨ ਅਧਿਆਪਨ ਪ੍ਰਕਿਰਿਆ ਕੁਝ ਮਹੱਤਵਪੂਰਨ ਕਾਰਕਾਂ ਦੇ ਆਲੇ ਦੁਆਲੇ ਵਿਚਰਦਿਆਂ ਨੂੰ ਕੀ ਕਿਹਾ ਜਾਂਦਾ ਹੈ ਅਧਿਆਪਨ ਚਰ ਵੇਰੀਏਬਲ ਇਸ ਆਪਸ਼ਨ ਨੰਬਰ 2 ਆਏਗਾ 121 ਕੁਐਸ਼ਨ ਪਹਿਲ ਨਾਮਕ ਕਵਿਤਾ ਦੇ ਕਰਤਾ ਚਰਨ ਸਿੰਘ ਸ਼ਹੀਦ ਅਨਸਾਰ ਇਹ ਜੱਗ ਕਿਸ ਨੂੰ ਵਡਿਆਉਂਦਾ ਹੈ ਪੈਲ ਕਰਨ ਵਾਲੇ ਨੂੰ ਜੋ ਵਿਅਕਤੀ ਪੈਲ ਕਰਦਾ ਹੈ ਨੈਕਸਟ 122 ਭਾਸ਼ਾ ਵੰਗੀ ਕਰਿਓਲ ਬਾਰੇ ਕਿਹੜਾ ਕਥਨ ਠੀਕ ਹੈ ਰਿਪੀਟ ਕੁਐਸ਼ਨ ਪਿਛਲੇ ਪੀਜੀ ਕੱਲ ਦੇ ਪੀਜੀਟੀ ਦੇ ਪੇਪਰ ਵਿੱਚ ਸੀਗਾ ਜਦੋਂ ਕੋਈ ਕਮ ਚਲਾਉ ਭਾਸ਼ਾ ਸਥਾਨਕ ਭਾਸ਼ਾ ਬਨ ਜਾਵੇ ਤਾਂ ਕਰਿਓਲ ਅਖਾਉਂਦੀ ਹੈ 123 ਇਹ ਵੀ ਰਿਪੀਟ ਕੁਸ਼ਨ ਹੈ ਪੀਜੀਟੀ ਦਾ ਹੁਣ ਤੁਸੀਂ ਦੇਖ ਲਓ 10 ਤੱਕ ਕੁਸ਼ਨ ਜਿਹੜੇ ਨੇ ਰਿਪੀਟ ਨੇ ਮਾਲੀ ਨੇ ਬੂਟੇ ਨੂੰ ਪਾਣੀ ਪਾਇਆ ਇਸ ਵਾਕ ਵਿੱਚ ਕਰਮ ਕਾਰਕ ਕਿਹੜਾ ਹੈ ਤਾਂ ਉਹ ਆਏਗਾ ਪਾਣੀ ਠੀਕ ਹੈ ਜੀ ਤੇ ਬਹੁਤ ਜਾਣੇ ਨੇ ਬੱਚਿਆਂ ਨੇ ਨਾ ਇਹਦੇ ਵਿੱਚ ਬੂਟੇ ਨੂੰ ਲਗਾਇਆ ਹੋਣਾ ਕਿਉਂਕਿ ਕੱਲ ਜਦੋਂ ਮੈਂ ਅਨਸਰ ਕੀ ਕਰ ਰਹੀ ਸੀ ਨਾ ਮੈਂ ਹੁਣ ਵੀ ਕਨਫਿਊਜ਼ ਹੋ ਗਈ ਤਾਂ ਮੈਂ ਵੀ ਬੂਟੇ ਤੇ ਕੀਤਾ ਸੀ ਕਿ ਬੂਟਾ ਇਸ ਦਾ ਅਨਸਰ ਆਏਗਾ ਪਰ ਮੈਂ ਜਦੋਂ ਪੜਿਆ ਕਾਰਕ ਹੈ ਕਿਉਂਕਿ ਜਿਹੜੀ ਕਰਮ ਕਿਰਿਆ ਹੈ ਸੌਰੀ ਆਪਾਂ ਸਕਰਮ ਕਿਰਿਆ ਕਰਦੇ ਹਾਂ ਔਰ ਇਹ ਵਿੱਚ ਜਿਹੜਾ ਕਰਮ ਹੈ ਉਹ ਕੀ ਹੈ ਬੂ ਇਹਦਾ ਬੂਟੇ ਨੂੰ ਠੀਕ ਹੈ ਬੂਟੇ ਤੇ ਕਰਮ ਹੋਇਆ ਤਾਂ ਅਸੀਂ ਕਿਉਂਕਿ ਇਹ ਜਿਹੜਾ ਵਾਕੇ ਕਿਸਮ ਚ ਕਿਰਿਆ ਦਾ ਵਾਕ ਹੈ ਪਰ ਟੀਚਰ ਨੇ ਥੋੜੀ ਕੰਪਲਿਕੇਸ਼ਨ ਪੈਦਾ ਕੀਤੀ ਕਿ ਤੁਹਾਨੂੰ ਥੋੜਾ ਡਿਫਿਕਲਟ ਲੈਵਲ ਦਿੱਤਾ ਹੈ ਕਿ ਬੱਚੇ ਕਨਫਿਊਜ਼ ਵੀ ਹੋਣ ਤਾਂ ਇਸ ਦਾ ਜਿਹੜਾ ਆਨਸਰ ਆਏਗਾ ਪਾਣੀ ਆਏਗਾ 123 ਦਾ 124 ਗੁਰੂ ਉਪਦੇਸ਼ ਕਵਿਤਾ ਪਵਨ ਹਰਚੰਦਪੁਰੀ ਦੀ ਕਿਸ ਪੁਸਤਕ ਵਿੱਚੋਂ ਲਈ ਗਈ ਹੈ ਤਾਂ ਇਸ ਦਾ ਆਨਸਰ ਆਏਗਾ 2 ਮਹਾਕਾਮ ਜਨਮੇ ਖਾਲਸਾ ਇਤਿਹਾਸ ਦੀ ਵਿਲਖਣ ਦਸਤਾਵੇਜ਼ ਠੀਕ ਹੈ ਜੀ ਨੈਕਸਟ ਆਜੋ ਹਾਂਜੀ ਕੁਐਸਚਨ ਨੰਬਰ 125 ਕਹਾਣੀ ਸਿੱਖਿਆ ਦੀ ਪ੍ਰਕਿਰਿਆ ਵਿੱਚ ਇੱਕ ਅਧਿਆਪਕ ਕਿਹੜੀ ਭੂਮਿਕਾ ਸਫਲਤਾਪੂਰਵਕ ਨਿਭਾਉਂਦਾ ਹੈ ਉਹ ਹੈ ਅਭਿਨੇਤਾ ਠੀਕ ਹੈ 125 ਹੋ ਗਿਆ 126 ওভারਹੈਡ ਪ੍ਰੋਜੈਕਟ ਪ੍ਰੋਜੈਕਟਰ ਕਿਸ ਤਰ੍ਹਾਂ ਦੇ ਅਧਿਐਨ ਲਈ ਪ੍ਰਯੋਗ ਕੀਤਾ ਜਾਂਦਾ ਹੈপৃথਕ ਅਧਿਐਨ ਲਈ ਕਿਉਂਕਿ ਪ੍ਰੋਜੈਕਟ ਵਿੱਚ ਉਸੇ ਸਾਫ਼ ਕਲੀਅਰ ਦੇਖਣਾ ਹੁੰਦਾ ਹੈ 127 ਪਾਈ ਵੀਰ ਸਿੰਘ ਜੀ ਇਸ ਸਤਰ ਫੜਫੜ ਰਹੀ ਤਰੀਕ ਸਮੇਂ ਖਿਸਕਾਈ ਕਰਨੀ ਵਿੱਚ ਤਰੀਕ ਅਤੇ ਖਿਸਕਾਈ ਕਰਨੀ ਸ਼ਬਦ ਦਾ ਪਾਵਰਥ ਕੀ ਹੈ 126 ਦਾ ਨੰਬਰ 1 ਖਿੱਚਣਾ ਅਤੇ ਪੱਲਾ ਛੁਡਾਉਣਾ ਠੀਕ ਹੈ ਅਸੀਂ ਕਹਿੰਦੇ ਆ ਤਰੀਕਣਾ ਤਰੀਕ ਕੇ ਲਿਆ ਖਿੱਚ ਕੇ ਲਿਆ ਤੇ ਉਸ ਤੋਂ ਬਾਅਦ ਖਿਸਕਾਈ ਖਿਸਕਾਣਾ ਔਰ ਤੋਂ ਪੱਲਾ ਛੁਡਾਉਣਾ ਖਿਸਕਾਈ ਕੰਨੀ ਕੰਨੀ ਛੁਡਾ ਲਈ ਸੀ ਨਾ ਆਪਣਾ ਪੱਲਾ ਜਿਹੜਾ ਛੁਡਾ ਲਿਆ ਸੀ 128 ਬਾਬਾ ਸ਼ੇਖ ਫਰੀ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਅਨਸਰ 3 ਮਰੀਮ 129 ਪਾਸ਼ਾਈ ਕੋਸ਼ਲਾ ਨੂੰ ਕਰਮ ਬੰਦ ਕਰੋ ਜੋ ਉਸ ਦੇ ਪਾਸ਼ਾਈ ਕੋਸ਼ਲ ਨੇ ਉਹਨਾਂ ਨੂੰ ਇੱਕ ਸੀਕੁਐਂਸ ਵਿੱਚ ਲੈ ਕੇ ਆਨਾ ਤਾਂ ਇਸ ਦਾ ਆਨਸਰ ਹੈ ਨੰਬਰ 1 ਸੁਣਨ ਦਾ ਕੋਸ਼ਲ ਬੋਲਣ ਦਾ ਕੋਸ਼ਲ ਪੜ੍ਹਨ ਦਾ ਕੋਸ਼ਲ ਤੇ ਲਿਖਣ ਦਾ ਕੋਸ਼ਲ ਇਹਨੂੰ ਅਸੀਂ ਭਾਸ਼ਾ ਦੇ ਚਾਰ ਪਿੱਲਰ ਵੀ ਕਹਿ ਦਿੰਦੇ ਹਾਂ ਪੀਰਾਮਿਡ ਵੀ ਕਹਿ ਦਿੰਦੇ ਹਾਂ ਠੀਕ ਹੈ ਜੀ ਸਮਾਸੀ ਸ਼ਬਦ ਦੀ ਸਹੀ ਪਰਿਭਾਸ਼ਾ ਲਿਖੋ 130 ਦਾ ਤਿੰਨ ਆਏਗਾ ਜਦੋਂ ਦੋ ਜਾਤੀਮ ਸ਼ਬਦਾਂ ਨੂੰ ਜੋੜ ਕੇ ਇੱਕ ਨਵੇਂ ਅਰਥਾਂ ਵਾਲਾ ਵੱਖਰਾ ਸ਼ਬਦ ਬਣਦਾ ਹੈ ਅਛਾ ਕੱਲ ਇਸ ਦਾ ਆਨਸਰ ਮੇਰੇ ਕੋਲ ਗਲਤ ਕਰਵਾ ਹੋ ਗਿਆ ਅ ਇਹ ਜਿਹੜਾ 130 ਕੁਐਸਚਨ ਨੰਬਰ ਹੈ ਇਹ ਰਿਪੀਟ ਹੈ ਪੀਜੀਟੀ ਦਾ ਮੈਂ ਕੱਲ ਅਨਸਰ ਉੱਥੇ ਕਰ ਬੈਠਿਆ ਉਹ ਸ਼ਬਦ ਜੋ ਮੂਲ ਸ਼ਬਦ ਤੋਂ ਵੱਖ-ਵੱਖ ਟੰਗਾ ਨਾਲ ਰਚਿਆ ਜਾਂਦਾ ਠੀਕ ਹੈ ਤਾਂ ਇਸ ਦਾ ਜਿਹੜਾ ਅ ਅਨਸਰ ਹੈ 2 ਜਾਂ 3 ਕਿਉਂਕਿ ਮੈਂ 3 ਤੋਂ ਹੋ ਗਈ ਸੀ ਕਿ ਜਿਹੜੇ ਸਮਾਸੀ ਸ਼ਬਦ ਹੈ ਉਹ ਤਾਂ 2 ਦਾ ਮੇਲ ਹੁੰਦੇ 3 ਕਿੱਥੋਂ ਆ ਗਏ ਪਰ ਇਹਦੇ ਵਿੱਚ ਆ ਜਾਂਦਾ ਜਿਵੇਂ ਲੋਕਾਂ ਦਾ ਰਾਜ ਠੀਕ ਹੈ ਨਾ ਤਿੰਨ ਹੋ ਗਏ ਲੋਕਾਂ ਦਾ ਰਾਜ ਤਾਂ ਇਹ ਕੀ ਬਣ ਗਿਆ ਲੋਕ ਰਾਜ ਹੁਣ ਹਰ ਮਨ ਪਿਆਰਾ ਹਰਮਨ ਪਿਆਰਾ ਠੀਕ ਹੈ ਦੋ ਸਮਾਸੀ ਸ਼ਬਦ ਬਣ ਗਿਆ ਤਿੰਨ ਸ਼ਬਦਾਂ ਦਾ ਤਾਂ ਇਸ ਦਾ ਜਿਹੜਾ ਆਨਸਰ ਠੀਕ ਹੋਏਗਾ ਜਦੋਂ ਦੋ ਜਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਇੱਕ ਨਵੇਂ ਅਰਥਾਂ ਵਾਲਾ ਵੱਖਰਾ ਸ਼ਬਦ ਬਣ ਜਾਵੇ ਨੈਕਸਟ ਕੁਐਸਚਨ ਜਦੋਂ ਡਾਕਟਰ ਏਪੀਜੀ ਅਬਦੁੱਲ ਕਲਾਮ ਸਾਹਿਬ ਨੇ ਆਖਰੀ ਸਾਲ ਲਿਆ ਉਦੋਂ ਕੀ ਕਰ ਰਹੇ ਸਨ ਇਸ ਦਾ ਆਨਸਰ 4 ਆਏਗਾ ਸ਼ਿਲਾਂਗ ਵਿੱਚ ਪਾਸ਼ਨ ਦੇ ਰਹੇ ਸਨ 132 ਉਹ ਇਹ ਮੁੰਡਿਓ ਕੀ ਕਰਦਾ ਹੈ ਇਸ ਵਾਕ ਵਿੱਚ ਸੰਬੋਧਨ ਕਾਰਕ ਕਿਹੜਾ ਹੈ ਇਸ ਵਿੱਚ ਜਿਹੜਾ ਸੰਬੋਧਨ ਕਾਰਕ ਕੱਲਾ ਮੁੰਡਿਓ ਜਿਹੜਾ ਉਹ ਆਏਗਾ ਠੀਕ ਹੈ ਜੀ ਇਹ ਐਸ ਇਟ ਇਜ਼ ਐਕਸਰਸਾਈਜ਼ ਵਿੱਚ ਪਿਆ ਹੋਇਆ ਜੇ ਤੁਸੀਂ 10ਵੀਂ ਦੀ ਗ੍ਰਾਮਰ ਦੀ ਬੁੱਕ ਦੇਖਦੇ ਹੋ ਹਰਿਆਣਾ ਦੇ ਸਟੂਡੈਂਟ ਨੂੰ ਨਾ ਮੋਸਟਲੀ ਮੈਨੂੰ ਬਹੁਤ ਸਟੂਡੈਂਟ ਦੇ ਮੈਸੇਜ ਆਉਂਦੇ ਸੀ ਮੈਮ ਜਦੋਂ ਐਜੂਕੇਟ ਮੈਮਸ ਸਾਨੂੰ ਕੋਰਸ ਦੇ ਦਿਓ ਕੋਰਸ ਦੇ ਦਿਓ ਚਲੋ ਮੈਂ ਹਰਿਆਣਾ ਦਾ ਕੋਰਸ ਘੱਟ ਹੀ ਸਟਾਰਟ ਕਰਦੀ ਹੁੰਨੀ ਆ ਮੈਂ ਇਸ ਵਾਰ ਸਟਾਰਟ ਨਹੀਂ ਕੀਤਾ ਮੈਂ ਕਿਹਾ ਇੱਕ ਮਹੀਨਾ ਪਿਆ ਮੈਂ ਕੀ ਤੁਹਾਡਾ ਕਰਾਵਾਂਗੀ ਤਾਂ ਸੋ ਬੈਟਰ ਹੈ ਕਿ ਤੁਸੀਂ ਸਿਰਫ ਨਾ ਪ੍ਰੈਕਟਿਸ ਕਰੋ ਟੈਸਟ ਸੀਰੀਜ਼ ਮੈਂ ਜ਼ਰੂਰ ਅਵੇਲੇਬਲ ਕਰਵਾਈਆਂ ਸੀ ਬਹੁਤ ਸਾਰੇ ਬੱਚਿਆਂ ਨੇ ਲਿੱਤੀਆਂ ਵੀ ਸੀ ਕਿ ਤੁਸੀਂ ਆਪਣੀ ਟੈਸਟ ਸੀਰੀਜ਼ ਦੀ ਪ੍ਰੈਕਟਿਸ ਕਰੋ ਕਿਉਂਕਿ ਜਿਹੜਾ ਸਿਰਫ ਮੈਂ ਤੁਹਾਨੂੰ ਦੱਸਦਾ ਦੋ ਤਿੰਨ ਚੀਜ਼ਾਂ ਜਿਹਦੇ ਵਿੱਚੋਂ ਹਰਿਆਣਾ ਦਾ ਪੇਪਰ ਆਉਂਦਾ ਹੈ ਇੱਕ ਤੁਸੀਂ 8ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਕਿਤਾਬਾਂ ਪੜ੍ਹ ਲਓ ਚੰਗੀ ਤਰ੍ਹਾਂ ਐਜ਼ ਇਟ ਇਜ਼ ਕੁਸ਼ਨ ਉਹਦੇ ਵਿੱਚੋਂ ਦਿੱਤੇ ਹੁੰਦੇ ਕੋਈ ਦੂਜਾ ਤੀਜਾ ਕੁਸ਼ਨ ਨਹੀਂ ਹੁੰਦਾ ਕਿ ਜਿਹੜਾ ਤੁਹਾਨੂੰ ਲੱਗੇ ਪ੍ਰੋਪਰ ਕਹਾਣੀ ਪੜੋ ਪ੍ਰੋਪਰ ਵਾਰਤਕ ਪੜੋ ਪ੍ਰੋਪਰ ਕਵਿਤਾ ਪੜੋ ਸ਼ਬਦਾਂ ਦੇ ਅਰਥਾਂ ਨੂੰ ਪੜੋ ਕਿਹੜੀ ਕਹਾਣੀ ਕਿਹੜੀ ਪੁਸਤਕ ਵਿੱਚ ਹੈ ਉਹ ਪੜੋ ਲੇਖਕ ਨੇ ਕੀ ਲਿਖੀ ਟਿੱਪਣੀਆਂ ਜਿਹੜੀਆਂ ਦਿੱਤੀਆਂ ਹੁੰਦੀਆਂ ਹਰ ਇੱਕ ਕਹਾਣੀ ਤੇ ਕਵਿਤਾ ਦੇ ਟਿੱਪਣੀਆਂ ਜਿਹੜੀਆਂ ਦਿੱਤੀਆਂ ਹੁੰਦੀਆਂ ਉਹ ਖਾਸ ਤੌਰ ਤੇ ਪੜੋ ਦੂਜਾ 10ਵੀਂ ਕਲਾਸ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗ੍ਰਾਮਰ ਐਜ਼ ਇਟ ਇਜ਼ ਕੁਸ਼ਨ ਉਹਦੇ ਵਿੱਚੋਂ ਆਉਂਦੇ ਠੀਕ ਹੈ ਤੀਸਰਾ ਜਿਹੜੀ ਅਸੀਂ ਬੀਐਡ ਵਿੱਚ ਟੀਚਿੰਗ ਆਫ ਪੰਜਾਬੀ ਦੀ ਬੁੱਕ ਪੜਦੇ ਹਾਂ ਤੁਹਾਡੇ ਕੋਲ ਪਈ ਹੋਏਗੀ ਨਹੀਂ ਹੈਗੀ ਤਾਂ ਖਰੀਦ ਕੇ ਰੱਖ ਲਓ ਜੇ ਤੁਸੀਂ ਅੱਗੋਂ ਸਕਰੀਨਿੰਗ ਦਾ ਪੇਪਰ ਵੀ ਦੇਣਾ ਪੀਜੀਟੀ ਦਾ ਵੀ ਦੇਣਾ ਹੈ ਟੀਜੀਟੀ ਦਾ ਵੀ ਦੇਣਾ ਹੈ ਕੋਈ ਵੀ ਦੇਣਾ ਹੈ ਹਰਿਆਣਾ ਦਾ ਤਾਂ ਜਰ ਰਾਜਸਥਾਨ ਦਾ ਠੀਕ ਹੈ ਜੀ ਤਾਂ ਉਹ ਬੁੱਕ ਵਿੱਚੋਂ ਕੁਸ਼ਨ ਜਿਹੜੇ ਐ ਐਸ ਇਟ ਇਜ਼ ਚੱਕੇ ਜਾਣਗੇ ਹਾਂਜੀ ਨੈਕਸਟ ਕੁਸ਼ਨ ਤੇ ਬਾਕੀ ਪ੍ਰੈਕਟਿਸ ਟੈਸਟ ਮੇਰੇ ਕੋਲ ਅਵੇਲੇਬਲ ਹੁੰਦੇ ਆ ਉਹ ਤੁਸੀਂ ਲੈ ਸਕਦੇ ਹੋ ਅ ਕੁਸ਼ਨ ਗੁੰਮ ਗਿਆ ਕਿਹੜਾ ਕਰ ਰਹੇ ਸੀ ਆਪਾਂ ਅ ਹਾਂਜੀ ਕੁਸ਼ਨ ਨੰਬਰ 133 ਸਿੱਖਿਆ ਸ਼ਾਸਤਰੀਆਂ ਨੇ ਵਿਦਿਆਰਥੀਆਂ ਵਿੱਚ ਸਿੱਖਣ ਪ੍ਰਕਿਰਿਆ ਨੂੰ ਕਿਹੜੇ ਮੁੱਖ ਰੂਪ ਵਿੱਚ ਪਰਿਭਾਸ਼ਿਤ ਕੀਤਾ ਹੈ ਤਾਂ ਇਸ ਦਾ ਅਨਸਰ ਆਏਗਾ 4 ਵਿਵਹਾਰ ਪਰਿਵਰਤਨ 134 ਅਧਿਆਪਨ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਵਾਲੇ ਦ੍ਰਿਸ਼ ਸ਼ਰਵ ਸਹਾਇਕ ਸਾਧਨਾ ਵਿੱਚ ਕਿਹੜਾ ਸੰਕਲਪ ਸ਼ਾਮਿਲ ਨਹੀਂ ਹੈ ਨਹੀਂ ਵਾਲਾ ਕਨਸੈਪਟ ਹੈ ਕੇਵਲ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਲਈ ਸਹਾਇਕ ਹੁੰਦਾ ਦੇਖਣਾ ਤੇ ਸੁਣਨਾ ਤਾਂ ਉਹ ਸਾਰਿਆਂ ਦੇ ਲਈ ਹੁੰਦਾ ਹੈ ਐਨੀ ਕੀ ਸਿਰਫ ਇੰਟੈਲੀਜੈਂਟ ਬੱਚਿਆਂ ਲਈ ਬੈਨੀਫੀਸ਼ੀਅਲ ਹੁੰਦਾ ਇੰਟੈਲੀਜੈਂਟ ਬੱਚੇ ਦਾ ਆਪ ਹੀ ਪੜ ਲੈਂਦੀ ਹੈ ਸ਼ਹੀਦ ਭਗਤ ਸਿੰਘ ਕਿਸ ਸ਼ਖਸ ਦੀ ਤਸਵੀਰ ਨੂੰ ਹਮੇਸ਼ਾ ਆਪਣੇ ਕੋਲ ਰੱਖਦਾ ਹੁੰਦਾ ਹੈ ਇਹ ਹਰ ਕਿਸੇ ਨੂੰ ਆਨਸਰ ਆਉਂਦਾ ਹੈ ਹਰ ਕਿਸੇ ਨੂੰ ਉਹ ਹੈ ਕਰਤਾਰ ਸਿੰਘ ਸਰਾਬਾ ਜੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੀ ਤਸਵੀਰ ਨੂੰ ਆਪਣੀ ਜੇਬ ਵਿੱਚ ਹਮੇਸ਼ਾ ਰੱਖਦੇ ਸੀ ਕਿਰਿਆ ਵਿਸ਼ੇਸ਼ਣ ਕਿਸ ਨੂੰ ਆਗਦੇ ਹਨ ਜਿਹੜੇ ਸ਼ਬਦ ਕਿਰਿਆ ਦੀ ਕਾਲ ਵਿੱਚ ਵਿਸ਼ੇਸ਼ਤਾ ਨੂੰ ਪ੍ਰਗਟ ਕਰਨ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ 137 137 ਜਿਹੜਾ ਪ੍ਰਸ਼ਨ ਤੁਹਾਡਾ ਆਏਗਾ ਕਿਹੜਾ ਸ਼ਬਦ ਝੁੜਕਣਾ ਦਾ ਵਿਰੋਧੀ ਨਹੀਂ ਹੈ ਇਹ ਐਜ਼ ਇਟ ਇਜ਼ ਸੇਮ ਕੁਸ਼ਚਨ ਆਇਆ ਹੋਇਆ ਔਰ ਇਹ ਵਿੱਚੋਂ ਪਿਛਲੇ ਪੀਜੀਟੀ ਦੇ ਪੇਪਰ ਵਿੱਚੋਂ ਇਸ ਦਾ ਆਨਸਰ ਨਿਹਾਰਨਾ ਆਏਗਾ ਐਜ਼ ਇਟ ਇਜ਼ ਹੀ ਆਪਸ਼ਨਸ ਹੈਗੇ ਨੇ ਕਿਉਂਕਿ ਝੁੜਕਣਾ ਦਾ ਜਿਹੜਾ ਸੇਮ ਪੁਚਕਾਰ ਦਾ ਦੁਲਾਰਨਾ ਪਿਆਰਨਾ ਸੇਮ ਹੁੰਦੇ ਨੇ ਤੇ ਜਿਹੜਾ ਵਿਰੋਧੀ ਆਏਗਾ ਉਹ ਨਿਹਾਰਨਾ ਆਏਗਾ ਬਿਲਕੁਲ ਸੇਮ ਕੁਐਸਚਨ ਆਇਆ ਸਤਿਆ ਸਈ ਵਿੱਚ ਦਲੀਪਕੌਰ ਟਿਵਾਨਾ ਨੇ ਮੁੱਖ ਵਿਸ਼ੇ ਤੋਂ ਇਲਾਵਾ ਹੋਰ ਕੀ ਆਖੰ ਦਾ ਯਤਨ ਕੀਤਾ ਹੈ ਤਾਂ ਇਸ ਦਾ ਆਨਸਰ ਆਏਗਾ 4 ਗੁਰਬਾਣੀ ਦੇ ਕੇ ਸਿਧਾਂਤ ਨਾਨਕ ਸਤਿਆ ਜਾਣੀਏ ਜੇ ਬਿਰਹਾ ਚੋਠ ਮਰੇ ਤੋ ਵੀ ਪਾਠਕਾਂ ਨੂੰ ਜਾਨੂ ਕਰਵਾਉਣ ਦਾ ਯਤਨ ਕੀਤਾ ਮੱਕੀ ਗੁਰਨਾਨਕ ਦੇਵ ਜੀ ਅਨਸਾਰ ਅਸਲ ਚ ਸਤੀ ਕੌਣ ਸੀ ਠੀਕ ਹੈ ਤਾਂ ਉਹਰੇ ਵਿੱਚੋਂ ਉਹਨਾਂ ਨੂੰ ਕਿਹਦੇ ਨਾਲ ਜੋੜਦੀ ਹੈ ਭਗਤ ਸਿੰਘ ਜੀ ਦੀ ਮੰਗੇਤਰ ਠੀਕ ਹੈ ਜੀ ਬਾਕੀ ਕਹਾਣੀ ਪੜ ਕੇ ਤੁਹਾਨੂੰ ਸਮਝ ਆ ਜਾਏਗਾ ਮੈਂ ਇੱਥੇ ਹੁਣ ਐਕਸਪਲੇਨ ਨਹੀਂ ਕਰਾਂਗੀ ਕੁਸ਼ਣ ਨੰਬਰ 139 ਇੰਗਲੈਂਡ ਪਹੁੰਚ ਕੇ ਜਦੋਂ ਸਰਦਾਰ ਉਦਮ ਸਿੰਘ ਭਾਰਤ ਵਾਸੀਆਂ ਤੇ ਕੈਰ ਵਰਤੌਣ ਵਾਲੇ ਜਨਰਲ ਡਾਇਰ ਨੂੰ ਮਾਰਨ ਹੀ ਤਾਂ ਉਸ ਦੀ ਰਿਹਾਈਸ਼ ਵਾਲੀ ਥਾਂ ਤੇ ਪੁੱਜਾ ਤਾਂ ਉਸ ਨੂੰ ਕੀ ਪਤਾ ਲੱਗਾ ਕਿ ਉਹ ਕਾਲ ਬਸ ਹੋ ਚੁੱਕਿਆ ਉਹ ਪਹਿਲਾਂ ਹੀ ਮਰ ਚੁੱਕਿਆ ਇਸ ਦਾ ਚੌਥਾ ਅਨਸਰ ਆਏਗਾ ਇੱਕ ਵਾਰ ਦੁਬਾਰਾ ਫੇਰ ਰਿਕਵੈਸਟ ਕਰਦੀਆਂ ਕਿ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਦੂਜੀ ਰਿਕੁਐਸਟ ਇਹ ਜਿਹੜੀ ਮੇਰੀ ਹੈ ਕਿ ਮੈਂ ਕਮੈਂਟ ਵਿੱਚ ਆਪਣੀ ਐਪ ਦਾ ਲਿੰਕ ਪਾਇਆ ਹੋਇਆ ਪੰਜਾਬੀ ਸਹਾਇਕਕਾਰ ਉਹਨੂੰ ਡਾਊਨਲੋਡ ਕਰ ਲਿਓ ਜਿਹਦੇ ਵਿੱਚ ਤੁਹਾਨੂੰ ਬਹੁਤ ਹੀ ਬੈਨੀਫੀਸ਼ੀਅਲ ਫ੍ਰੀ ਮਟੀਰੀਅਲ ਵੀ ਮਿਲੇਗਾ ਕਲਾਸਿਸ ਵੀ ਮਿਲਣੀਆਂ ਕੋਰਸਿਸ ਸਭ ਕੁਝ ਅਵੇਲੇਬਲ ਹੁੰਦੇ ਨੇ ਨੋਟੀਫਿਕੇਸ਼ਨ ਪ੍ਰੋਪਰ ਆਉਂਦੇ ਨੇ ਕਿਹੜੀਆਂ ਪੋਸਟਸ ਆ ਰਹੀਆਂ ਪੋਸਟਾਂ ਦੇ ਅਪਡੇਟ ਸਭ ਕੁਝ ਹੋਰੇ ਵਿੱਚ ਐਪ ਵਿੱਚ ਆਂਦਾ ਤਾਂ ਜੋ ਬਲੂ ਲੋਗੋ ਹੈ ਮੇਰੀ ਐਪ ਦਾ ਬਸ ਤੁਸੀਂ ਉਸ ਲੋਗੋ ਦੇ ਥਰੂ ਲੋਗੋ ਦੇਖਣਾ ਬਲੂ ਲੋਗੋ ਉਹ ਮੇਰੀ ਐਪ ਹੈ ਪੰਜਾਬੀ ਸਾਇਦਕਾਰ ਬਾਈ ਪੂਜਾ ਭਾटिया ਠੀਕ ਹੈ ਜੀ ਹਾਂਜੀ ਹੁਣ ਅਗਲਾ ਕੁਐਸਚਨ ਆ ਰਿਹਾ ਉਹਨੂੰ ਪਲੀਜ਼ 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 ਡਾਊਨਲੋਡ ਜ਼ਰੂਰ ਕਰਿਓ ਦਿਲ ਵਿਖਾਉਣਾ ਮੁਹਾਵਰੇ ਦਾ ਕੀ ਅਰਥ ਹੈ ਤਾਂ ਇਸ ਦਾ ਆਨਸਰ ਆਏਗਾ ਨੰਬਰ 2 ਹੌਸਲਾ ਵਿਖਾਉਣਾ ਸ਼੍ਰੀਮਤੀ ਪਿਸ਼ਪਾ ਗੁਜਰਾਲ ਕੌਣ ਸਨ ਵੈਸਤਾ ਇੰਦਰ ਕੁਲ ਇੰਦਰ ਕੁਮਾਰ ਗੁਜਰਾਲ ਦੇ ਮਾਤਾ ਜੀ ਸਨ ਉਹ ਇਹਦੇ ਵਿੱਚ ਆਪਸ਼ਨ ਨਹੀਂ ਹੈਗੇ ਤਾਂ ਜਿਹੜੇ ਇੰਦਰ ਕੁਮਾਰ ਗੁਜਰਾਲ ਸੀ ਉਹ ਵਿਗਿਆਨੀ ਸੀ ਗਈ ਇੱਕ ਠੀਕ ਹੈ ਬਟ ਪੁਸ਼ਪਾ ਗੁਜਰਾਲ ਬਾਰੇ ਪੁੱਛਿਆ ਗਿਆ ਤਾਂ ਇਸ ਦਾ ਆਨਸਰ ਕੀ ਆਏਗਾ ਸਮਾਜ ਸੇਵਕਾ ਸੰ 142 ਵਾਚਨ ਕੌਸ਼ਲ ਦੀ ਮੁੱਖ ਦੋ ਸ਼੍ਰੇਣੀਆਂ ਵਿੱਚ ਕਿਹੜਾ ਜੁਟੇ ਸ਼ਾਮਿਲ ਹੈ ਇਸ ਦਾ ਆਨਸਰ ਆਏਗਾ ਨੰਬਰ 4 ਜਿਸ ਵਿੱਚ ਦੋ ਆਪਸ਼ਨ ਆਨ ਗਿਆ ਸ਼ੁੱਧ ਵਾਚਨ ਤੇ ਸਥੂਲ ਵਾਚਨ 143 ਸਰਹੰਦ ਦੇ ਜਾਬਰ ਸੂਬੇਦਾਰ ਵजीर खान ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਦਰਮਿਆਨ ਹੋਈ ਲੜਾਈ ਕਦੋਂ ਅਤੇ ਕਿੱਥੇ ਹੋਈ ਤਾਂ ਇਸ ਦਾ ਆਨਸਰ ਆਏਗਾ 2 12 ਮਈ 1710 ਨੂੰ ਲਾਂਡਰਾ ਲਾਗਲੇ ਲਾਗਲੇ ਪਿੰਡ ਚੱਪੜ ਚੜੀ ਵਿੱਚ ਨੈਕਸਟ ਕੁਐਸਚਨ 144 ਮਿੱਤਰਾਂ ਲਿਖ ਕਿਤਾਬਤ ਫੌਜੀ ਸੌਰੀ ਕਿਤਾਬਤ ਭੇਜੀ ਠੀਕ ਹੈ ਐਕਚੁਅਲੀ ਮੇਰੇ ਕੋ ਪੇਪਰ ਹਾਰਡ ਕਾਪੀ ਨਹੀਂ ਹੈ ਸੌਫਟ ਕਾਪੀ ਹੈ ਤਾਂ ਕਈ ਵਾਰ ਪ੍ਰਿੰਟ ਪੜੇ ਨਹੀਂ ਜਾਂਦੇ ਅੱਖਰ ਸ਼ਾਹ ਉਸੇਨ ਦੀ ਉਪਰੋਕਤ ਕਾਵ 70 ਵਿੱਚ ਵਰਤੇ ਗਏ ਸ਼ਬਦ ਕਿਤਾਬਤ ਤੋਂ ਕੀ ਭਾਵ ਹੈ ਇਸ ਦਾ ਆਨਸਰ ਆਏਗਾ ਚਿੱਠੀ ਠੀਕ ਹੈ ਜੀ ਤਾਂ ਕਈ ਬੱਚਾ ਨੇ ਲ ਮੇਰੀ ਚਿੱਠੀ ਵੀ ਲਿਖਿਆ ਆਏਗਾ ਕਿ ਕਿਤਾਬ ਐ ਤਾਂ ਲੰਬੀ ਚਿੱਠੀ ਹੋਏਗਾ ਨਹੀਂ ਜੇ ਤੁਸੀਂ ਪ੍ਰੋਪਰ ਇਸ ਕਾਫੀ ਵਿੱਚ ਜਾਓਗੇ ਉਹਨੂੰ ਪ੍ਰੋਪਰ ਪੜੋਗੇ ਔਰ ਥੱਲੇ ਸ਼ਬਦਾਂ ਦੇ ਅਰਥਾਂ ਨੂੰ ਪੜੋਗੇ ਤਾਂ ਤੁਹਾਨੂੰ ਪਤਾ ਚੱਲ ਜੇਗਾ ਇਸ ਅਰਥ ਕੀ ਹੈ ਚਿੱਠੀ ਐ ਹਰਚਰਨ ਸਿੰਘ ਦੀ ਇਕਾਗੀ ਕਿਰਤ ਦਾ ਸਤਿਕਾਰ ਵਿਚਲਾ ਕਾਰਜ ਕਿਸ ਸਮੇਂ ਅਤੇ ਸਥਾਨ ਤੇ ਵਾਪਰਦਾ ਹੈ ਤਾਂ ਇਸ ਦਾ ਆਨਸਰ ਆਏਗਾ ਨੰਬਰ 2 ਸਮਾਂ 1955 ਇਸਵੀ ਸਥਾਨ ਦਿੱਲੀ ਦੀ ਇੱਕ ਬਸਤੀ ਹਾਂਜੀ ਕੱਲ ਸੀਮ ਇਦਾਂ ਦਾ ਜਿਹੜਾ ਕੁਐਸਚਨ ਸੀਗਾ ਉਹ ਸੀਗਾ ਸ਼ੋਭਾ ਸ਼ਕਤੀ ਨਾਟਕ ਦਾ ਸੇਮ ਕੁਐਸਚਨ ਬਸ ਇੱਥੇ ਨਾਟਕ ਦਾ ਨਾਮ ਬਦਲ ਦਿੱਤਾ ਗਿਆ ਸੌਰੀ ਨਾਟਕ ਦੀ ਜਗ੍ਹਾ ਇਕਾਂਗੀ ਲੈ ਲਿਆ ਗਿਆ ਪਿਆਰ ਪ੍ਰੇਮ ਮੁਹੱਬਤ ਇਸ਼ਕ ਅਤੇ ਪ੍ਰੀਤ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ ਇਸ ਦਾ ਅਨਸਰ ਆਏਗਾ ਨੀਹੂ ਬਾਬਾ ਫਰੀਦ ਜੀ ਨੇ ਆਪਣੇ ਸ਼ਲੋਕ ਵਿੱਚ ਇਹ ਸ਼ਬਦ ਵਰਤਿਆ ਹੋਇਆ ਨੀਹੂ ਤੇ ਇਹ ਵੀ ਕੁਐਸਚਨ ਰਿਪੀਟ ਹੈ ਪੀਜੀਟੀ ਦੇ ਪੇਪਰ ਦਾ ਰਿਪੀਟ ਹੈ ਅੱਛਾ ਕਈ ਕੁਐਸਚਨ ਮੈਂ ਕਰਾਂਦੀ ਕਰਾਂਦੀ ਜਿਵੇਂ ਇੱਕ ਲੈ ਵਿੱਚ ਤੁਹਾਨੂੰ ਕਰਵਾਈ ਗਈਆਂ ਕਾਫੀ ਕੁਸ਼ਣ ਵਿੱਚੋਂ ਸ਼ਾਇਦ ਮੈਂ ਨਹੀਂ ਵੀ ਦੱਸ ਪਾਈ ਕਿ ਰਿਪੀਟ ਨੇ ਪਰ ਤੁਹਾਨੂੰ ਪਤਾ ਚੱਲ ਗਿਆ ਹੋਣਾ ਕਾਫੀ ਹੱਦ ਤੱਕ ਜਿਹੜਾ ਪੇਪਰ ਰਿਪੀਟ ਹੀ ਸੀਗਾ ਮਨੋਵਿਗਿਆਨੀ ਗਾਰਡਨਰ ਨੇ ਬਹੁ ਬੁੱਧੀ ਸਿਧਾਂਤ ਵਿੱਚ ਕਿੰਨੇ ਪ੍ਰਕਾਰ ਦੀ ਬੁੱਧੀ ਦਾ ਖੁਲਾਸਾ ਕੀਤਾ ਹੈ 8 ਇਹ ਕੁਸ਼ਣ ਬਹੁਤ ਇੰਪੋਰਟੈਂਟ ਹੈ ਮੈਨੂੰ ਯਾਦ ਹੈ ਅ ਮੈਚਟ੍ਰਟ ਦਾ ਪੇਪਰ ਆਈ ਥਿੰਕ ਦਿੱਤਾ ਹੈ 2016 ਵਿੱਚ ਤੇ ਉਸ ਟਾਈਮ ਇਹ ਕੁਸ਼ਨ ਮੈਨੂੰ ਵੀ ਆਇਆ ਸੀਗਾ ਅੱਠ ਸਿਧਾਂਤ ਨੇ ਬਹੁਤ ਇੰਪੋਰਟੈਂਟ ਕੁਸ਼ਨ ਹੈ ਬਹੁਤ ਵਾਰ ਪੇਪਰ 'ਚ ਰਿਪੀਟ ਹੁੰਦਾ ਹੈ ਹਾਂਜੀ 148 ਪਾਠ ਯੋਜਨਾ ਦੇ ਨਿਰਮਾਣ ਵਿੱਚ ਕਿਹੜਾ ਤੱਤ ਸ਼ਾਮਿਲ ਨਹੀਂ ਹੈ ਹੁਣ ਇੱਥੇ ਵੀ ਨਹੀਂ ਵਾਲਾ ਆ ਗਿਆ ਤਾਂ ਆਏਗਾ ਸੰਦਰਭ ਪੁਸਤਕਾਂ ਦੀ ਸੂਚੀ ਬਣਾਉਣਾ ਉਦੇਸ਼ਾਂ ਨੂੰ ਪ੍ਰਭਾਵਿਤਸ਼ਿਤ ਕਰਨਾ ਉਦੇਸ਼ਾਂ ਦਾ ਵਿਸਥਾਪਨ ਕਰਨਾ ਪ੍ਰਸਤੁਤੀਕਰਨ ਕਰਨਾ ਇਹ ਸਾਰੇ ਸ਼ਾਮਿਲ ਨਹੀਂ ਸ਼ਾਮਿਲ ਨਹੀਂ ਹੈ ਸੰਦਰਭ ਪੁਸਤਕਾਂ ਦੀ ਸੂਚੀ ਬਣਾਉਣਾ ਅਗਲਾ ਕੁਐਸਚਨ 149 ਰਫੀਕ ਸ਼ਬਦ ਕਿਸ ਭਾਸ਼ਾ ਦਾ ਔਰ ਸਾਰੇ ਲਈ ਨਵਾਂ ਕੁਐਸਚਨ ਹੋਏਗਾ ਔਰ ਜੇ ਤੁਸੀਂ ਮੇਰੀ ਕਮਿਊਨਿਟੀ ਜਦੋਂ ਤੁਸੀਂ YouTube ਦੇਖਦੇ ਹੋ ਨਾ YouTube ਵਿੱਚ ਤੁਸੀਂ ਜਦੋਂ ਪਾਰਟਿਕੂਲਰ ਮੇਰਾ ਚੈਨਲ ਖੋਲੋਗੇ ਪੰਜਾਬੀ ਸਾਇਰਕਰ ਤਾਂ ਔਰੇ ਵਿੱਚ ਤੁਸੀਂ ਚੈੱਕ ਕਰੋਗੇ ਕਮਿਊਨਿਟੀ ਠੀਕ ਹੈ ਉਪਰੋਂ ਦੀ ਆਏ ਨੂੰਗੇ ਸਲੈਸ਼ ਲਾਈਵ ਵੀਡੀਓਜ਼ ਠੀਕ ਹੈ ਉਹਨਾਂ ਨੂੰ ਕਰਕੇ ਉਥੇ ਕਮਿਊਨਿਟੀ ਆਏਗਾ ਕਮਿਊਨਿਟੀ 'ਚ ਜਾ ਕੇ ਚੈੱਕ ਕਰੋਗੇ ਕੁਐਸਚਨ ਮੈਂ ਪਾਇਆ ਹੋਇਆ ਐਜ਼ ਇਟ ਇਜ਼ ਕੁਐਸਚਨ ਪਾਇਆ ਹੋਇਆ ਔਰ ਵਿੱਚ ਕਮਿਊਨਿਟੀ ਵਿੱਚ ਔਰ ਮੈਨੂੰ ਨਾ ਵਿੱਚੋਂ ਕਿਸੇ ਨੇ ਅ ਕਮੈਂਟ ਵੀ ਕੀਤਾ ਸੀ ਮੈਂ ਹਾਲ ਤੱਕ ਉਹਨਾਂ ਦਾ ਰਿਪਲਾਈ ਨਹੀਂ ਕਰ ਸਕੀ ਕਿ ਸਪੈਲਿੰਗ ਗਲਤ ਲਿਖਿਆ ਹੈ ਕਿਉਂਕਿ ਮੈਂ ਰਫੀਕ ਲਿਖਿਆ ਸੀ ਉਹ ਮੇਰੇ ਖਿਆਲ ਰਦੀਫ ਸੋਚ ਰਹੇ ਸੀ ਕਿ ਸਪੈਲਿੰਗ ਗਲਤ ਲਿਖਿਆ ਪਰ ਮੈਂ ਉਹਨਾਂ ਨੂੰ ਰਿਪਲਾਈ ਨਹੀਂ ਕਰ ਸਕੀ ਕਿ ਰਫੀਕ ਸ਼ਬਦੀ ਕਲਗ ਤੌਰ ਤੇ ਸ਼ਬਦ ਹੈਗਾ ਆਪਣਾ ਉਰਦੂ ਪਾਸ਼ਾ ਦਾ ਜਿਹੜਾ ਇਹ ਸ਼ਬਦ ਹੈ ਹਮਸਫਰ ਸਾਥੀ ਜਾਂ ਦੋਸਤ ਜਿਸ ਦਾ ਇਸ ਦਾ ਅਨਸਰ ਹੈ ਤਾਂ ਮੇਰੀ ਕਮਿਊਨਿਟੀ ਨੂੰ ਵੀ ਚੈੱਕ ਕਰਦੇ ਰਿਆ ਕਰੋ ਔਰ ਚ ਮੈਂ ਬਹੁਤ ਸਾਰੇ ਕੁਐਸਚਨ ਪਾਉਂਦੀ ਰਹਿਣੀ ਆ ਹਾਂਜੀ ਲਾਸਟ ਕੁਐਸਚਨ ਗੁਰਦੇਵਾਲ ਸਿੰਘ ਰਚਿਤ ਕਾਂਗੀ ਕਰਤਾਰਾ ਕੋਤਕੀ ਕਿਸ ਮੁੱਦੇ ਤੇ ਆਧਾਰਿਤ ਇਸ ਤੋਂ ਪਹਿਲਾਂ ਫੇਰ ਕਵਾਂਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੀਓ ਹਾਂਜੀ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਦਿੱਕਤਾਂ ਦੁਸ਼ਵਾਰੀਆਂ ਤੇ ਤੰਗੀਆਂ ਤੁਰਸ਼ੀਆਂ ਤੇ ਠੀਕ ਹੈ ਪਹਿਲਾ ਆਨਸਰ ਆਏਗਾ ਐਜ਼ ਇਟ ਇਜ਼ ਇਹ ਜਿਹੜਾ ਲਾਈਨ ਹੈ ਟਿੱਪਣੀ ਵਿੱਚ ਦਿੱਤੀ ਹੋਈ ਹੈ ਜਦੋਂ ਤੁਸੀਂ ਇਹ ਕਾਂਗੀ ਦੇਖਦੇ ਹੋ ਬੁੱਕ ਦੇ ਵਿੱਚੋਂ ਉਸ ਦੀ ਜਿਹੜੀ ਟਿੱਪਣੀ ਹੈ ਉਹਰੇ ਵਿੱਚੇ ਦਿੱਤੀ ਹੋਈ ਹੈ ਕਮੈਂਟ ਦੇ ਵਿੱਚ ਜਿਹੜਾ ਮੈਂ ਆਪਣਾ ਐਪ ਦਾ ਲਿੰਕ ਜਿਹੜਾ ਉਹ ਸ਼ੇਅਰ ਕਰਾਂਗੀ ਤੁਸੀਂ ਉਹਨੂੰ ਡਾਊਨਲੋਡ ਕਰ ਲੈਣਾ ਮੇਰੀ ਐਪ ਨੂੰ ਬਲੂ ਲੋਗੋ ਐਪ ਹੈ ਬਲੂ ਲੋਗੋ ਲੱਗਾ ਹੋਇਆ ਐਪ ਤੇ ਠੀਕ ਹੈ ਜੀ ਔਰ ਪਲੇ ਸਟੋਰ ਤੋਂ ਡਾਊਨਲੋਡ ਹੋਣੀ ਹੈ ਬਾਕੀ ਜੇ ਤੁਸੀਂ ਲਿੰਕ ਨੂੰ ਕਰੋਗੇ ਤਾਂ ਸਿੱਧਾ ਡਾਇਰੈਕਟ ਹੋ ਜਾਏਗੀ ਤੇ ਵੀਡੀਓ ਚੰਗੀ ਹੋਈ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਿ ਤੁਹਾਨੂੰ ਟਾਈਮ ਟੂ ਟਾਈਮ ਜਿਹੜੇ ਨੋਟੀਫਿਕੇਸ਼ਨ ਮਿਲਦੇ ਰਹਿਣ ਖੁਸ਼ ਰਹੋ ਹਰ ਦਿਨ ਵਾਸਤੇ